एक बार प्याज फिर तो सब नूं रुला रहा। पिछले दो दिनों विच ही प्याज दीआं कीमतां 40 रुपए किलो तो 60 रुपए किलो तक पहुंच गईआं ने, जिस करके औरतां दी रसोई दा सारा बजट हिल गया। जिथे पहला 5 किलो प्याज लेके जांदे सी, हुण 2 किलो नाल ही गुजारा करना पै रहा। इथों तक कि इस समय सेब तो भी महंगा विक रहा प्याज। ਜਦੋਂ ਇਸ ਸੰਬੰਧੀ ਗ੍ਰਹਿਣੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਤਾਂ ਕਾਲਾ ਬਾਜ਼ਾਰੀ ਹੈ, ਸਭ ਸੋਚੀ ਸਮਝੀ ਪਲੈਨਿੰਗ ਤਹਿਤ ਕੀਤਾ ਜਾਂਦਾ ਹੈ, ਕਿਉਂਕਿ ਵੈਸੇ ਵੀ ਤਿਉਹਾਰਾਂ ਦਾ ਸੀਜ਼ਨ ਨੇੜੇ ਹੈ ਤੇ ਇਸ ਦਾ ਸਟਾਕ ਕਰਕੇ ਜਾਣ ਬੁੱਝ ਕੇ ਆਮ ਲੋਕਾਂ ਨੂੰ ਦੁਖੀ ਕੀਤਾ ਜਾ ਰਿਹਾ। ਔਰਤਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਚੀਜ਼ ਤੇ ਲਗਾਮ ਲਗਾਉਣ ਦੀ ਲੋੜ ਹੈ। ਪਿਆਜ ਤਾਂ ਬਹੁਤ ਮਹਿੰਗਾ ਹੋ ਗਿਆ, ਤਾਂ ਬੜੀ ਮੁਸ਼ਕਲ ਹੋ ਗਈ ਹੈ ਵਰਤਣ ਵਾਸਤੇ ਰਸੋਈ ਵਿੱਚ। ਜਿਹੜਾ ਅਸੀਂ ਦੋ ਵਰਤਨੇ ਸੋ ਇੱਕ ਵਰਤਣਾ ਪੈਂਦਾ ਵੈ। ਇਹੋ ਹੀ ਕਹਿਣਾ ਚਾਹੁੰਦੇ, ਇੰਨਾ ਮਹਿੰਗਾ ਪਿਆਜ ਤਾਂ ਕੋਈ ਖਰੀਦ ਸਕਦਾ, ਕੋਈ ਨਹੀਂ ਖਰੀਦ ਸਕਦਾ। ਮੇਰਾ ਨਾਮ ਸ਼ਿਵਾਨੀ ਹੈ। ਹਾਂਜੀ ਜੀ, ਮੈਂ ਤੁਹਾਨੂੰ ਕੀ ਦੱਸਣਾ ਕਿ ਦੋ ਦਿਨ ਪਹਿਲੇ ਪਿਆਜ਼ ਦਾ ਰੇਟ ਨੀਅਰ ਅਬਾਊਟ 40 ਦੇ ਕੋਲ ਹੋਣਾ ਹੈ, ਅਤੇ ਦੋ ਦਿਨਾਂ ਬਾਅਦ ਜਾਂ ਇੱਕ ਦਿਨ ਬਾਅਦ ਅਸੀਂ ਦੇਖ ਰਹੇ 60 ਰੁਪਏ ਕਿਲੋ ਪਿਆਜ਼ ਦਾ ਰੇਟ ਹੋ ਗਿਆ, ਅਤੇ ਇੱਕ ਦਿਨ ਦੇ ਵਿੱਚ ਇੰਨਾ ਰੇਟ ਦਾ ਫਰਕ ਪੈ ਰਿਹਾ ਹੈ ਕਿ ਕੀ ਇਹ ਕੁਛ ਬੋਲ ਨਹੀਂ ਸਕਦੇ। ਅਤੇ ਪਿਆਜ਼ ਇਹੋ ਜਿਹੀ ਚੀਜ਼ ਕਿਚਨ 'ਚ ਲੱਗਣੀ ਲੱਗਣੀ ਹੈ, ਹਰ ਇੱਕ ਮਸਾਲੇ 'ਚ ਜਾਂ ਜੋ ਵੀ ਕਹਿ ਲਓ। ਅਤੇ ਇਹ ਸਭ ਕਾਲਾ ਬਾਜ਼ਾਰੀ ਕਰਕੇ ਹੋ ਰਿਹਾ ਪਿਆਜ਼ ਦੇ, ਜਿਹੜੀ ਉਹਨਾਂ ਨੇ ਕਾਲਾ ਬਾਜ਼ਾਰੀ ਕਰਦੇ ਨੇ, ਆਪਣਾ ਸਟੋਕ ਗੋਡਾਊਨ 'ਚ ਰੱਖ ਲੈਂਦੇ ਨੇ, ਰੇਟ ਵਧਣ ਦਿੰਦੇ ਨੇ ਅਤੇ ਫਿਰ ਕੱਢਦੇ ਨੇ। ਆਮ ਦਿਨ ਤਾਂ ਕੀ ਕਰੇਗੀ ਇਹਦੇ ਵਿੱਚ, ਦੱਸੋ। ਪ੍ਰਸ਼ਾਸਨ ਨੂੰ ਇਹੀ ਕਾਲਾ ਬਾਜ਼ਾਰੀ 'ਤੇ ਰੋਕ ਲਗਾਉਣੀ ਚਾਹੀਦੀ ਹੈ, ਸਖਤੀ ਵਰਤਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਗੋਡਾਊਨ ਦੇ ਵਿੱਚ ਇੰਨੇ ਪਿਆਜ਼ ਭਰ ਕੇ ਰੱਖੇ ਨੇ, ਉਹਨੂੰ ਰਿਲੀਵ ਕੀਤਾ ਜਾਏ ਪਬਲਿਕ ਵਾਸਤੇ, ਅਤੇ ਤਾਂ ਕਿ ਸਾਨੂੰ ਥੋੜ੍ਹਾ ਮਤਲਬ ਕਿ ਅਸੀਂ ਕੰਫਰਟੇਬਲ ਫੀਲ ਕਰੀਏ ਕਿ ਹਾਂਜੀ ਪਿਆਜ਼ ਜੈਨੂਇਨ ਰੇਟ 'ਤੇ ਸਾਨੂੰ ਉਪਲਬਧ ਹੋਣੇ ਚਾਹੀਦੇ ਨੇ। ਬਹੁਤ ਮਹਿੰਗੇ ਹੋ ਗਏ, ਬਹੁਤ ਮੁਸ਼ਕਿਲ ਹੋਈ ਪਈ ਆ। ਜਿੱਥੇ ਦੋ ਤਿੰਨ ਲਾਣੇ ਹੁੰਦੇ ਹੁਣ ਇੱਕ ਇਸਤੇਮਾਲ ਕਰੀਦੇ ਹੈਗਾ, ਰਸੋਈ 'ਤੇ ਫਰਕ ਪਿਆ। ਹਾਂਜੀ ਹਾਂਜੀ, ਅਸੀਂ ਇਹੀ ਕਹੀ ਕਹਾਂਗੇ ਕਿ ਜਿਹੜੀ ਸਬਜ਼ੀਆਂ ਮਹਿੰਗੀਆਂ ਸਰ, ਪਿਆਜ਼ ਜ਼ਿਆਦਾਤਰ ਯੂਜ਼ ਹੁੰਦਾ ਹਰ ਸਬਜ਼ੀ 'ਚ, ਉਹ ਸਸਤਾ ਕਰਨ। ਪਿਆਜ਼ ਬਹੁਤ ਜ਼ਿਆਦਾ ਮਹਿੰਗੇ ਹੋ ਗਈ ਹੈ, ਅੱਗ ਲੱਗੀ ਹੋਈ ਆ ਪਿਆਜ਼ਾਂ ਨੂੰ ਬਹੁਤ ਜ਼ਿਆਦਾ। ਥੋੜ੍ਹੇ ਘੱਟ ਕੀਤੇ ਜਾਣ ਪਿਆਜ਼, ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਸਸਤੇ, ਹਾਂਜੀ ਸਸਤੇ ਕਰਨੇ ਚਾਹੀਦੇ ਪਿਆਜ਼। ਹੁਣ ਵੇਖਣਾ ਹੋਵੇਗਾ ਕਿ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਕੀ ਉਪਰਾਲੇ ਕਰਦੀ ਹੈ, ਪਰ ਫਿਲਹਾਲ ਤਾਂ ਪਿਆਜ਼ ਸਭ ਨੂੰ ਰੁਲਾ ਰਿਹਾ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।